कीमत जिहड़ी आ 22,000 23,000 21,000 पंजाब च हैगी आ, पर इत्थे असीं बहुत वड्डी सेल लाती आ 14,000 रुपए दे विच आ 5-सीटर सोफा मिलना। 18,000 वाले बैड दे नाल 5,000 का गद्दा बिल्कुल फ्री आ जी। लो तुसी ड्रॉ चाहुंदे हो ना, आ देखो दराज हैगे आ, तुसी इहदे विच आ देखो ना, आ पिछे गद्दी लगी हैगी आ बैड दे विच। 25,000 रुपए का सोफा चैलेंज करते हैं, दोनों बाहां खड़िया करके लिया के दिखा दो। 25,000 कह रहे हैं असी, 25,000 का बैड रह गया, 40,000 ना 15,000 वाला गद्दा फ्री महाराज। 30,000 का बैड, 15,000 का गद्दा फ्री, शौकर वाला बैड। यह जेड़ा साड़ी वीडियो वध तो वध शेयर ते लाइक करूगा, उसनू आ सोफा ਸਾਡੇ ਕੰਨਿਓ ਸਨਮਾਨ ਕਰਕੇ ਫ੍ਰੀ ਚ ਦਿੱਤਾ ਜਾਓ। ਚੀਜ਼ ਆ ਇਹ 15 ਦਿਨ ਲਈ ਸੇਲ ਆ ਵੀਰ ਜੀ, ਇਹ ਜੋ ਅਸੀਂ ਕੰਮ ਆ ਨਵਾਂ ਸ਼ੁਰੂਆਤ ਕੀਤੀ ਆ, ਇਹ ਸਮਾਨ ਅਸੀਂ ਐਟ ਪਾਰ, ਨੋ ਪ੍ਰੋਫਿਟ ਨੋ ਲੋਸ ਤੇ ਆ। ਆ ਦੇਖ ਲਓ ਕਾਫੀ ਅਲੱਗ ਚੀਜ਼ਾਂ ਨਾ, ਜਿਹੜੇ NRAR ਜਾਂ ਜਿਹੜੇ ਰਾਇਲ ਕਲਾਸ ਹੈਗੇ ਆ, ਬਿਜ਼ਨਸ ਕਲਾਸ ਬੰਦੇ ਆ, ਉਹਨਾਂ ਦੀਆਂ ਚੁਆਇਸ ਦੀਆਂ ਚੀਜ਼ਾਂ। ਹੁਣ ਮੈਂ ਕਹਿੰਦਾ ਵੀ ਆ ਗਿਆ, ਚੀਜ਼ ਜ਼ਰੂਰ ਨੋਟ ਕਰੋ, ਆ ਹੈਗਾ ਜੀ ਬੈੱਡ। ਇਹਦੇ ਉੱਤੇ ਤੁਸੀਂ ਰਿਲੈਕਸ ਕਰ ਸਕਦੇ ਆ, ਇੱਕ ਤਾਂ ਤੁਹਾਡੇ ਲਈ ਇਹ ਦੀਵਾਨ ਬੈੱਡ ਬਣ ਗਿਆ, ਇੱਕ ਸੋਫਾ ਬਣ ਗਿਆ ਨਾ। ਜੇ ਆਪਾਂ ਟੇਬਲ ਦੀ ਗੱਲ ਕਰਦੇ ਹਾਂ, ਚੇਅਰ ਵੀ ਦੇਖੋ ਕਾਫੀ ਹੈਵੀ ਕੁਆਲਿਟੀ ਦੇ ਵਿੱਚ ਇਹ ਕੁਰਸੀ ਆ, ਗੱਦੀ ਬਹੁਤ ਜ਼ਿਆਦਾ ਸੋਹਣੀ ਆ, ਇਹ ਵੀ ਤੁਹਾਨੂੰ ਕੋਟੀਆਂ ਦੇ ਪਾ ਦੇ ਦੇਣੇ ਆ। ਫਿਲਮਾਂ ਦੇ ਵਿੱਚ ਵੱਡੀਆਂ ਵੱਡੀਆਂ ਫਿਲਮਾਂ ਜਿਹੜੇ ਕਰੋੜ ਕਰੋੜ ਰੁਪਈਏ 500-500 2-2 ਕਰੋੜ ਦੀਆਂ ਬਣਦੀਆਂ, ਹਾਲੀਵੁੱਡ ਬਾਲੀਵੁੱਡ ਐਕਟਰਾਂ ਦੇ ਕਮਰਿਆਂ ਦੇ ਵਿੱਚ ਇਦਾਂ ਦੇ ਬੈੱਡ ਪਏ ਹੁੰਦੇ ਆ। ਇਹਨੂੰ ਪੋਲਾ ਜਾਂ ਫੜੋ, ਆ ਚੱਕੋ, ਇਹਦੇ ਕੰਨੋਂ ਫੜ ਕੇ ਖੜਾ ਕਰ ਦਿਓ, ਇਹਦੇ ਵਿੱਚੋਂ ਸ਼ੌਕਰ ਲੱਗਾ, ਸਮਾਨ ਕੱਢੋ ਰੱਖੋ। ਇੱਕ ਇਹ 28,000 ਰੁਪਇਆ ਲੇਬਰ ਲਾਊ ਘਰੇ ਮਿਸਤਰੀ ਦੇ ਬੈੱਡ ਬਣਾਉਣਾ। ਹਾਂਜੀ, ਨਾਲੇ ਇੱਦਾਂ ਨਹੀਂ ਬਣਨਾ, ਨਾਲੇ ਗੱਦੀਆਂ ਨਹੀਂ ਘਸੀਆਂ ਜਾਣੀਆਂ ਗੀਆਂ, ਇਹਦੇ ਨਾਲ 15,000 ਦਾ ਗੱਦਾ ਫ੍ਰੀ, ਉਹ ਵੀ 7 ਸਾਲ ਦੀ ਗਰੰਟੀ ਵਾਲਾ। ਇੱਥੋਂ ਕੋਈ ਵੀ ਸਮਾਨ ਲੈ ਲਓ, ਤੁਸੀਂ 50,000 ਰੁਪਏ ਦੀ ਸ਼ੋਪਿੰਗ ਕਰਦੇ ਆ ਨਾ ਪੰਜਾਬ 'ਚ, ਤੁਸੀਂ ਜਿਹੜੇ ਮਰਜ਼ੀ ਪਿੰਡ 'ਚ ਸ਼ਹਿਰ 'ਚ, ਤੁਹਾਨੂੰ ਕੋਰੀਅਰ ਫ੍ਰੀ ਦੇਵਾਂਗੇ, FOR ਜਿਹੜਾ ਤੁਸੀਂ ਗੱਡੀ ਦਾ ਖਰਚਾ ਨਹੀਂ ਦੇਣਾ, ਚਾਹੇ 2,000 ਲੱਗੇ ਚਾਹੇ 5,000 ਲੱਗੇ, ਸਾਰਾ ਖਰਚਾ ਮੱਲਣ ਫਰਨੀਚਰ ਸਟੋਰ ਦੇਊਗਾ। 36,000 ਦੇ ਵਿੱਚ ਲਾਇਆ ਓਨਲੀ ਆਪਾਂ ਜੀ, ਪਰ ਆਫਟਰ 25% ਹੋਰ ਡਿਸਕਾਊਂਟ ਇਹਦੇ ਉੱਪਰ ਤੁਹਾਨੂੰ ਇਹ 27,000 ਰੁਪਏ ਦਾ 7-ਸੀਟ ਸੋਫਾ ਤੁਹਾਡੇ ਘਰ ਡਿਲੀਵਰ ਕੀਤਾ ਜਾਊਗਾ। 47,000 ਦਾ ਟੋਟਲ ਆਪਾਂ ਸੈੱਟ ਲਾਇਆ ਹੋਇਆ, ਇਹਦੇ 'ਤੇ ਵੀ ਫੁੱਲ ਡਿਸਕਾਊਂਟ 30%, ਇਹ ਵੀ ਤੁਹਾਨੂੰ ਸਾਰਾ ਆਪਾਂ 29,000 ਦੇ ਵਿੱਚ ਵਿਦ ਅਪਵਾਰ। 57,000 ਵਾਲਾ ਸੋਫਾ ਆ 38,000 'ਚ ਦੇ ਦਿਆਂਗੇ, 28 ਫਰਵਰੀ ਤੋਂ ਪਹਿਲਾਂ ਆ ਜਾਓ, ਜੇ ਪਿੱਛੇ ਰਹਿ ਗਏ ਤਾਂ ਤੁਸੀਂ ਇਹੋ ਜਿਹੀ ਡੀਲ ਨੂੰ ਮਿਸ ਕਰ ਦੋਗੇ। ਆਹ ਵੀ ਦੇਖੋ ਵੀਡੀਓ ਬਣ ਗਈ ਆ, ਦੂਜੇ ਦਿਨ ਇੱਥੇ ਆ ਜਾਓ, ਇਹ ਸਟਾਕ ਹੈਗਾ ਇਹਦੇ 'ਤੇ ਲੱਗ ਗਈ ਆ ਹੱਲਾ ਹੋਲਸੇਲ। ਜੇ ਤੁਸੀਂ ਕਹੋਗੇ 10 ਦਿਨਾਂ ਬਾਅਦ ਆ ਕੇ ਵੀ ਆਹ ਬੈੱਡ ਦਿਓ, ਆਹ ਫੋਟੋ ਦਿਖਾ ਕੇ ਵੀ ਆਹ ਬੈੱਡ ਦੁਬਾਰਾ ਬਣਾ ਲਓ ਇਸ ਰੇਟ 'ਚ ਵੀ ਨਹੀਂ ਮਿਲਣਾ। ਨਹੀਂ, ਕਿਸੇ ਦਾ 5 ਮਰਲੇ ਦਾ ਘਰ ਆ, 7 ਮਰਲੇ ਦਾ ਘਰ ਆ, 10 ਮਰਲੇ ਦਾ ਘਰ ਆ, ਤੁਸੀਂ ਘਰਾਂ ਦੇ ਪੈਸੇ ਲਾ ਲੈਂਦੇ ਹੋ, ਪਰ ਜਦੋਂ ਤੁਸੀਂ ਸੁਰਖੀ ਬਿੰਦੀ ਦੀ ਗੱਲ ਆਉਂਦੀ ਆ, ਫਰਨੀਚਰ ਦੀ ਗੱਲ ਆਉਂਦੀ ਆ, ਉੱਥੇ ਤੁਸੀਂ ਕਸਰ ਖਾ ਜਾਂਦੇ ਹੋ, ਕਿਉਂਕਿ ਤੁਹਾਨੂੰ ਮਹਿੰਗਾ ਮਿਲਦਾ। ਅੱਜ ਅਸੀਂ ਤੁਹਾਡੇ ਫਾਇਦੇ ਕਰਾ ਰਹੇ ਹਾਂ। ਵੀਡੀਓ ਦੇਖ ਕੇ ਦੂਜੇ ਦਿਨ ਆ ਜਾਓ, ਇੱਦਾਂ ਟੁੱਟ ਕੇ ਪੈ ਜਾਓ ਜਿਵੇਂ ਬਾਦਲ ਸਰਕਾਰ ਵੇਲੇ 2 ਰੁਪਏ ਕਿਲੋ ਕਣਕ ਮਿਲਦੀ ਸੀ ਤਾਂ ਲੋਕਾਂ ਨੂੰ ਹੁੰਦਾ ਸੀ ਵੀ ਫਾਇਦਾ ਲੈ ਲਈਏ, ਇਹ ਉਹੀ ਕੰਮ ਕਰਤਾ ਫਰਨੀਚਰ ਦਾ ਵੱਡਾ ਹੱਲਾ ਬੋਲ ਸੇਲਾ ਦਿਆ। ਨਹੀਂ ਦੇ ਸਕਦਾ ਕੋਈ ਐਡਾ ਡਿਸਕਾਊਂਟ, ਉਹ ਨਹੀਂ ਕਿਤੋਂ ਮਿਲਣੀਆਂ ਇੱਦਾਂ ਦੀਆਂ ਆਫਰਾਂ, ਸਿਰਫ ਮੱਲਣ ਫਰਨੀਚਰ ਹਾਊਸ। ਸਲੋ ਜੀ, ਹੁਣ ਅਸੀਂ ਪਹੁੰਚ ਚੁੱਕੇ ਹਾਂ ਮਾਲਵੇ ਦੇ ਪਿੰਡ ਮੱਲਣ ਦੇ ਵਿੱਚ, ਜਿਹਦੇ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਸ਼ਹਿਰ, ਜਿੱਥੋਂ ਸ਼੍ਰੀ ਮੁਕਤਸਰ ਸਾਹਿਬ, ਇੱਥੇ ਗਿੱਦੜਬਾਹਾ, ਬਠਿੰਡਾ, ਹੋਰ ਬਹੁਤ ਸਾਰੇ ਕੋਟਪੂਰਾ ਦੇ ਵੱਡੇ ਵੱਡੇ ਸ਼ਹਿਰ ਲੱਗਦੇ ਆ। ਇਸ ਇਲਾਕੇ ਦਾ ਮੇਨ ਪਿੰਡ ਮੰਨਿਆ ਜਾਂਦਾ ਮੱਲਣ, ਇੱਥੇ ਫਰਨੀਚਰ ਦਾ ਬਹੁਤ ਵੱਡਾ, ਅਸੀਂ ਅੱਜ ਤੁਹਾਨੂੰ ਸਟੋਰ 'ਤੇ ਲੈ ਕੇ ਆਏ ਹਾਂ ਜਿੱਥੇ ਤੁਹਾਡੇ ਫਾਇਦੇ ਕਰ ਰਹੇ ਹਾਂ। ਪਹਿਲਾਂ ਅਸੀਂ ਜਾਂਦੇ ਸੀ ਮੁੱਲਾਪੁਰ, ਫਿਰ ਅਸੀਂ ਜਾਂਦੇ ਸੀਗੇ ਜਗਰਾਉਂ, ਇਹ ਜੱਪ ਕਿਚਨ ਫਰਨੀਚਰ, ਸਾਜਨ ਕਿਚਨ ਫਰਨੀਚਰ ਨੇ ਇੱਥੇ ਇੱਕ ਬਹੁਤ ਵੱਡਾ ਹੱਲਾ ਬੋਲ ਦਿੱਤਾ ਹੈਗਾ, ਬਹੁਤ ਵੱਡੀ ਸੇਲ ਆਤੀ ਆ ਜਿੱਥੇ ਤੁਹਾਡੇ ਅਸੀਂ ਫਾਇਦੇ ਕਰਾ ਲੈਣੇ ਆ। ਹੁਣ ਤੁਹਾਡੇ ਘਰਾਂ ਦੇ ਵਿੱਚ ਫਰਨੀਚਰ ਜਾਊਗਾ, ਬੈੱਡ ਜਾਣਗੇ, ਸੋਫੇ ਜਾਣਗੇ, ਡਾਇਨਿੰਗ ਟੇਬਲ ਜਾਣਗੇ, ਅਲਮਾਰੀਆਂ ਵੀ ਜਾਣਗੀਆਂ। ਬਹੁਤ ਵੱਡੇ ਐਲਾਨ ਕਰ ਦੇਣੇ ਆ ਸਰਦਾਰ ਜੀ, ਤੁਸੀਂ ਬਹੁਤ ਧਮਾਕਾ ਪਾਇਆ ਹੈ ਨਾ, ਲੁਧਿਆਣੇ ਦੇ ਸਾਰੇ ਆਲੇ ਦੁਆਲੇ ਲੋਕਾਂ ਦੇ ਫਾਇਦੇ ਹੋ ਗਏ, ਹਾਲਾਂਕਿ ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਫਾਇਦੇ ਕਰਤੇ। ਇਹ ਇਲਾਕੇ ਦੇ ਵਿੱਚ ਨਾ ਵੱਡੀ ਲੁੱਟ ਸੀਗੀ, ਇਹ ਇਲਾਕੇ ਦੇ ਵਿੱਚ ਲੋਕਾਂ ਨੂੰ ਚਾਹੀਦਾ ਸੀ ਵੀ ਸਾਨੂੰ ਵਧੀਆ ਵਰਾਇਟੀ ਕੁਆਲਿਟੀ ਫਰਨੀਚਰ 'ਚ ਮਿਲ ਜਾਵੇ, ਰੇਟ ਘੱਟ ਹੋਣ। ਅਤੇ ਐਲਾਨ ਕਰ ਦਿਓ ਅੱਜ ਕੀ ਆਪਾਂ ਕਰਨ ਜਾ ਰਹੇ ਅਤੇ ਕਿੱਦਾਂ ਦੇ ਫਾਇਦੇ ਹੋਣੇ। ਦੇਖੋ ਜੀ, ਪਹਿਲਾਂ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
सारी संगत ला लो, साडे दर्शक ला लो, ठीक है ना, साडे कस्टमर ला लो, ठीक है ना, ये बंदियां च ही रब बसदा, ठीक है ना। इतों के सरपंच साहब, ठीक है ना जी, इन्हां ने फर्नीचर का शोरूम किया। देखो काम करन दा काम उही है वीर जी, काम करन दे तजर्बे जां कुछ है। ये हुण वीर जी साडे कोले होलसेल च माल लैण आए जी, पर इन्हां दा मन नहीं खड़िया भी यार अगे इदां नाल। बंदे ने हुण पैसे है, काम करना चाहिया, शोरूम बना लिया, सारा कुछ कर लिया, माल पा लिया, को नवे बंदे नूं हर बंदा लुटण की कोशिश करता, ठीक है ना। फिर इन्हां नाल साडा पै गया प्यार जी, असीं इन्हां नूं छोटे वीर अमृतपाल जी नूं, ठीक है, नाल आ के हुण ये साडे नाल जुड़े हुए आ, साडा छोटा भरा, ठीक है ना। असीं इत्थों दी इन्हां नूं जिम्मेवारी सोची। साहब मैं इत्थे आया, मैं ਤੁਹਾਡੇ ਤੋਂ ਫਾਇਦੇ ਲੈ ਕੇ ਜਾਣੇ ਆ, ਠੀਕ ਹੈ, ਮੈਨੂੰ ਤੁਸੀਂ ਬਾਕੀ ਗੱਲਾਂ ਠੀਕ ਆ। ਸਿੱਧੀ ਜੀ ਗੱਲ ਤੁਹਾਨੂੰ ਦੱਸ ਦਿੰਦੇ ਜੀ, ਜੱਪ ਕਿਚਨ ਤੇ ਸਾਜਨ ਕਿਚਨ ਫਰਨੀਚਰ ਦੀ ਇੱਥੇ ਫ੍ਰੈਂਚਾਇਜ਼ੀ ਖੁੱਲ ਗਈ ਆ, ਮੱਲਣ ਫਰਨੀਚਰ ਸਟੋਰ। ਮੱਲਣ ਪਹਿਲਾਂ ਬਹੁਤ ਵੱਡਾ ਨਾਮ ਸੀ, ਪਰ ਹੁਣ ਉਹਦੇ ਵਿੱਚ ਅਸੀਂ ਹੋਰ ਪਿਆਰ ਪਾਤਾ ਤੇ ਤੁਹਾਨੂੰ ਅਸੀਂ ਆਫਰਾਂ ਦੇ ਰਹਿਣੀਆਂ। ਮੈਨੂੰ ਇਹ ਦੱਸੋ, ਚਾਹੇ ਕਿਸੇ ਨੇ ਬੈੱਡ ਲੈਣਾ, ਸੋਫਾ ਲੈਣਾ, ਡਾਈਨਿੰਗ ਟੇਬਲ, ਅਲਮਾਰੀਆਂ, ਇਹ ਦੱਸੋ ਵੀ ਅਪ ਟੂ ਕਿੰਨੇ ਪਰਸੈਂਟ ਸੇਲ ਲਾਈ ਤੁਸੀਂ? ਸੱਗੜ ਸਾਹਿਬ ਆਪਾਂ ਅਪ ਟੂ 80% ਦੀ ਡਿਸਕਾਊਂਟ ਲਾਤਾ, 80% ਲੈਸ ਕਰਤੀ ਹੈ ਜੀ। ਦੇਖੋ ਜੀ, ਅਪ ਟੂ 80% ਫੈਕਟਰੀਆਂ 'ਚ ਵੀ ਤੁਸੀਂ ਜਾਣੇ ਹੋ, ਤੁਸੀਂ ਸਟੋਰਾਂ ਤੇ ਜਾਣੇ ਹੋ ਸ਼ੋਰੂਮਾਂ ਦੇ, ਪਰ ਉੱਥੇ ਕੋਈ ਕਹਿ ਦਿੰਦਾ ਜੀ 10% ਦੀ ਸੇਲ, ਕੋਈ ਕਹਿੰਦਾ 20% ਦੀ ਸੇਲ। ਮੱਲਣ ਫਰਨੀਚਰ ਸਟੋਰ ਤੇ 80% ਤੱਕ ਦੀ ਸੇਲ ਲੱਗ ਗਈ ਆ। ਹੁਣ ਤੁਹਾਡੇ ਇਕੱਲੇ ਇਕੱਲੇ ਘਰ ਦੇ ਵਿੱਚ ਸਸਤਾ ਫਰਨੀਚਰ ਪਹੁੰਚਾਵਾਂਗੇ। ਚਾਚਾ ਜੀ ਫਿਰ ਤਾਂ ਸੋਫੇ ਤੋਂ ਸ਼ੁਰੂਆਤ ਕਰ ਦਿਓ ਨਾ, ਸੋਫੇ ਤੋਂ 5 ਸੀਟਰ ਸੋਫਾ ਆ, ਇਹਦੇ ਵਿੱਚ ਦੱਸੋ। ਪਹਿਲੀ ਗੱਲ ਤਾਂ ਇਹ ਮਨ 'ਚੋਂ ਬੰਦਾ ਵਹਿਮ ਕੱਢ ਦੇਵੇ ਵੀ ਇਹਦੀ ਗਰੰਟੀ ਵਰੰਟੀ ਨਹੀਂ, ਗਰੰਟੀ ਫੁੱਲ ਫੁੱਲ ਆ, 50,000 ਦੇ ਮਾਲ ਤੇ ਪੂਰੇ ਪੰਜਾਬ 'ਚ FOR ਆ, ਇਨਕਲੂਡ GST ਰੇਟ ਆ। ਸਾਡੀ ਕੰਪਨੀ ਬਿਨਾਂ ਬਿੱਲ ਤੋਂ ਕੰਮ ਕੋਈ ਨਹੀਂ ਕਰਦੀ, ਐ ਨਹੀਂ ਵੀ ਟੈਕਸ ਲੱਗੂ ਆਹ ਲੱਗੂ। ਦੇਖੋ ਕੰਮ ਸਾਰੀ ਦੁਨੀਆ ਕਰਦੀ ਆ, ਮੱਲਣ ਦਾ ਪੂਰੇ ਪੰਜਾਬ ਵਿੱਚ ਨਾਮ ਆ। ਸਰ ਮੈਨੂੰ ਆ ਦੱਸੋ ਨਾ, 5-seater ਸੋਫਾ ਇਹਦੀ ਕੀ ਜਿਹੜੀ ਸਕੀਮ ਹੈਗੀ? ਇਹਦੇ ਭਾਜੀ 20,000 ਰੁਪਏ ਦਾ 3-in-1 3-in-1 ਦਾ ਰੇਟ 20,000 ਆ। ਆਪਾਂ ਤੱਗੜ ਸਾਹਿਬ 30% ਲੈਸ ਐਕਸਟਰਾ ਕਰਤੀ ਜੀ, 20 ਚੋਂ ਮੰਨ ਲਓ 3-in-1 6,000 ਰੁਪਇਆ ਲੈਸ ਕਰਤੀ, ਸਿਰਫ 14,000 ਰੁਪਏ ਦਾ। ਆ ਦੇਖੋ ਨਾ, ਤੁਸੀਂ ਪੰਜਾਬ 'ਚ ਚਲ ਜਾਓ ਕਿਸੇ ਵੀ ਸਟੋਰ ਤੇ ਨਾ, ਇਹ ਕੋਈ ਤੁਹਾਨੂੰ 12-14,000 ਦਾ ਵੀ ਦਿੰਦਾ ਹੋ ਸਕਦਾ, ਪਰ ਜਿਹੜਾ ਆਹ ਸੋਫਾ ਤੁਹਾਨੂੰ ਦਿਖਾ ਰਹੇ ਹਾਂ ਇਹਦੀ ਕੁਆਲਿਟੀ ਬਹੁਤ ਆ। ਇਹਨੂੰ ਕੱਪੜਾ ਮਹਿੰਗਾ ਲਾਇਆ ਆ, ਲੱਕੜ ਵਧੀਆ ਯੂਜ਼ ਕੀਤੀ ਆ, ਕੱਦੀ ਵਧੀਆ ਯੂਜ਼ ਕੀਤੀ ਆ। ਇਹਦਾ ਕੀਮਤ ਜਿਹੜੀ ਆ 22,000, 23,000, 21,000 ਪੰਜਾਬ 'ਚ ਹੈਗੀ ਆ, ਪਰ ਇੱਥੇ ਅਸੀਂ ਬਹੁਤ ਵੱਡੀ ਸੇਲ ਲਾਤੀ ਆ 20,000 ਤੇ 30%, ਮਤਲਬ ਤੁਹਾਨੂੰ 14,000 ਰੁਪਏ ਦੇ ਵਿੱਚ ਆ 5-seater ਸੋਫਾ ਮਿਲਣਾ, ਗਰੰਟੀ ਅਸੀਂ ਪੂਰੀ ਦਿੰਦੇ ਹੈਗੇ ਆ। ਚੀਜ਼ ਆ ਇਹ 15 ਦਿਨ ਲਈ ਸੇਲ ਆ ਵੀਰ ਜੀ, ਇਹ ਜੋ ਅਸੀਂ ਕੰਮ ਆ ਨਵਾਂ ਸ਼ੁਰੂਆਤ ਕੀਤੀ ਆ, ਇਹ ਸਮਾਨ ਅਸੀਂ ਐਟ ਪਾਰ, ਨੋ ਪ੍ਰੋਫਿਟ ਨੋ ਲੋਸ ਤੇ ਆ, ਅਸੀਂ ਸਦਾ ਇਹ ਰੇਟ ਨਹੀਂ ਦੇ ਸਕਦੇ, ਇਹ ਗੱਲ ਸਾਡਾ ਵਾਦਾ। ਪਹਿਲਾਂ ਆਓ, ਪਹਿਲਾਂ ਲੈ ਜਾਓ। ਇਹ ਜਿਹੜਾ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੂਗਾ, ਉਸ ਨੂੰ ਆਹ ਸੋਫਾ ਸਾਡੇ ਕੰਨੀਓ ਸਨਮਾਨ ਕਰਕੇ ਫ੍ਰੀ 'ਚ ਦਿੱਤਾ ਜਾਓ। ਸਲੋ ਜੀ, 1 ਰੁਪਇਆ ਵੀ ਨਹੀਂ ਕਹਿੰਦੇ ਲੈਣਾ, ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ। 5-seater ਸੋਫਾ ਤੁਹਾਨੂੰ ਅਸੀਂ ਫ੍ਰੀ ਦੇ ਰਹਿਣਾ, ਜਿਹੜਾ ਵੱਧ ਵੀਡੀਓ ਸ਼ੇਅਰ ਕਰੂਗਾ। ਹੁਣ ਆਹ ਵੀ ਸੋਫਾ ਦੇ ਰਹੋ ਨਾ, ਸੋਫੇ ਦੀਆਂ ਕੁਆਲਿਟੀਆਂ ਦੇਖੋ, ਲੈਦਰ ਲੱਗੀ ਆ, ਕੱਪੜਾ ਸੋਹਣਾ ਲੱਗਾ, ਇਹ ਵੀ 5-seater ਸੋਫਾ ਹੈਗਾ। ਇਹਦੇ ਉੱਤੇ ਵੀ ਤੁਹਾਨੂੰ ਲੈਸ ਮਿਲਣੀ ਹੈਗੀ ਆ, ਮਤਲਬ ਇਹ ਵੀ 14-15,000 ਰੁਪਏ ਰੇਂਜ ਦੇ ਵਿੱਚ ਹੈਗਾ। ਇੱਧਰ ਤੁਸੀਂ ਆ ਕੇ ਦੇਖ ਲਓ, ਸੋ 5-seater ਸੋਫੇ ਦੇ ਵਿੱਚ ਵਰਾਇਟੀ ਬਹੁਤ ਜ਼ਿਆਦਾ ਤੁਹਾਨੂੰ ਮਿਲ ਜਾਂਦੀ ਆ, ਕਲਰ ਤੁਹਾਡੀ ਪਸੰਦ ਦੇ ਮਿਲ ਜਾਂਦੇ ਹੈਗੇ ਆ। ਸੋ ਆਹ ਵੀ ਦੇਖ ਲਓ ਨਾ, ਆਹ ਤੁਹਾਨੂੰ ਅਸੀਂ ਦੇ ਰਹੇ ਹਾਂ 7-seater ਸੋਫਾ। ਇਹਦੇ ਵਿੱਚ ਦੇਖੋ ਕੱਪ ਹੋਲਡਰ ਹੈਗੇ ਆ, ਤੁਸੀਂ ਇੱਥੇ ਬੈਠੇ ਹੋ, ਤੁਸੀਂ ਖਾ ਪੀ ਰਹੇ ਹੋ ਅਤੇ ਤੁਹਾਨੂੰ ਖਾਣ ਲਈ ਈਜ਼ੀ ਆ। ਇੱਕ ਤਾਂ ਤੁਹਾਨੂੰ ਬੈਠਣ ਲਈ ਈਜ਼ੀ ਆ, ਇੱਥੇ ਤੁਸੀਂ ਆਪਣਾ ਗਲਾਸ ਕੱਪ ਰੱਖ ਸਕਦੇ ਆ, ਨਾਲ ਟੇਬਲ ਸੋਹਣਾ ਆ ਗਿਆ। ਇਹ 7-seater ਹੈਗਾ ਸੋਫਾ, ਇਹਦੇ ਉੱਤੇ ਵੀ ਤੁਸੀਂ ਦੇਖ ਲਓ ਕੱਪੜਾ ਬੜਾ ਸੋਹਣਾ ਹੈ ਨਾ। ਸਰਦਾਰ ਜੀ ਮੈਨੂੰ ਇਹ ਦੱਸੋ, ਅਮਰਤ ਭਾਅ ਜੀ ਇਹਦੇ 'ਤੇ ਕੀ ਸਕੀਮ ਆ ਅਤੇ ਕਿੰਨੀ ਕਿਹਦੀ ਜ਼ਿੰਮੇਵਾਰੀ ਚੱਕਦੇ? ਵੀਰ ਜੀ ਸਾਰਾ 7-seater ਸੋਫਾ ਆਪਣਾ ਇਹ 36,000 ਦੇ ਵਿੱਚ ਲਾਇਆ ਓਨਲੀ ਆਪਾਂ ਜੀ, ਪਰ ਆਫਟਰ 25% ਹੋਰ ਡਿਸਕਾਊਂਟ ਇਹਦੇ ਉੱਪਰ ਤੁਹਾਨੂੰ ਇਹ 27,000 ਰੁਪਏ ਦਾ 7-seater ਸੋਫਾ ਤੁਹਾਡੇ ਘਰ ਡਿਲੀਵਰ ਕੀਤਾ ਜਾਊਗਾ। ਤੁਸੀਂ ਹੋਰ ਦੇਖ ਲਓ, ਜਿਹੜੇ ਕਹਿੰਦੇ ਵੀ ਸਾਡੇ ਘਰ ਲਗਜ਼ਰੀ ਹੈਗੇ ਆ, ਸਾਡੇ ਘਰ NRI ਆਉਂਦੇ ਹੈਗੇ ਆ, ਵੀ ਸਾਨੂੰ ਸਟਾਈਲਿਸ਼ ਸੋਫੇ ਚਾਹੀਦੇ ਆ। ਆਹ ਦੇਖੋ ਰਾਊਂਡ ਦੇ ਵਿੱਚ ਹੈਗਾ ਟੇਬਲ, ਇਹਦੇ ਵਿੱਚ ਸੀਟਾਂ ਤੁਸੀਂ ਦੇਖ ਲਓ ਕਾਫੀ ਸੀਟਾਂ ਹੈਗੀਆਂ। ਜੇਕਰ ਆਪਾਂ ਕੁਸ਼ਨ ਦੀ ਗੱਲ ਕਰ ਲਈਏ ਨਾ, ਆ ਗੱਦੀਆਂ ਦੀ ਗੱਲ ਕਰ ਲਈਏ, ਇਹ ਵੀ ਕਾਫੀ ਹਾਈ ਕੁਆਲਿਟੀ ਦੇ ਵਿੱਚ, ਇਹਦੇ ਵਿੱਚ ਕੋਈ ਕੂੜਾ ਕਚਰਾ ਨਹੀਂ ਭਰਿਆ, ਵਧੀਆ ਇਹਦੇ ਵਿੱਚ ਜਿਹੜਾ ਸਮਾਨ ਪਾਇਆ ਹੋਇਆ ਆ। ਅਤੇ ਇਹਦੇ ਵਿੱਚ ਵੀ ਸਰ ਕੀ ਆਫਰ ਚੱਲਦੀ ਹੈਗੀ? ਇਹ ਟੋਟਲ ਸੈੱਟ ਵੀਰ ਜੀ ਆਪਣਾ 57,000 ਦਾ, ਆਫਟਰ ਜਿਹੜਾ ਡਿਸਕਾਊਂਟ 40%, ਤੁਹਾਨੂੰ 33,600 ਰੁਪਏ ਦਾ ਪੈਣਾ। ਆਹ ਤੁਸੀਂ ਸੈੱਟ ਦੇਖ ਲਓ ਹੈ ਨਾ, ਇਹਦੇ ਉੱਤੇ ਬਹਿ ਕੇ ਦੇਖੋ, ਇਹਦੀ ਫੀਲਿੰਗ ਦੇਖੋ, ਐਨ ਚੰਗੀ ਫੀਲਿੰਗ ਹੈਗੀ ਆ। ਆਹ ਦੇਖ ਲਓ ਕਾਫੀ ਲਗਜ਼ਰੀ ਚੀਜ਼ਾਂ ਨਾ,
जिहड़े NRER है जिहड़े रॉयल क्लास है बिजनेस क्लास बंदे आ उन्हां दीआं चॉइस दीआं चीज़ां इत्थे काम भी बहुत सोहणा होया आ। मार्बल लुक हैगी आ, टेबल का भी काफ़ी साइज हैगा आ। सर इहदा भी दस दिओ प्राइज़ ना। ये भी आफ्टर वीजी 57,000 का पै रहा, इहदे ते अपनी 30% डिस्काउंट आ, इह तुहानूं 40,000 का पै रहा। देखो जी 18-18 20-20 हज़ार रुपया सस्ता सोफा तुहानूं दे रहे हैं। किसने लैना लैदर लुक दे विच ना, आ देखो स्वैट लगी आ, काफ़ी सोहना लुक हैगी आ। इहदे कुछ डुल भी जांदा, तुसीं कपड़ा गिला मारो इहनूं साफ कर सकदे आ। आ जे आपां सीटां दी गल कर लईए, देखो साइज़ कितना बैठने लई हैगा, स्पेस काफ़ी हैगी आ। आ गया जी कॉर्नर दे विच ना, टेबल भी देख लो तुसीं, इहदे विच भी तुहाडा असीं बहुत सारा फायदा कर देना हैगा। इहदे विच भाई जी दस दिओ की प्राइज़ दा। इहदे ते भी 20-20 अपना 41,000 का टोटल आपां सैट लाया हुआ, इहदे ते भी फुल डिस्काउंट 30%, ये भी तुहानूं सारा आपां 29,000 दे विच विद अपवार। 7-seater सोफा, इहनूं कहिंदे राजा महाराजा स्टाइल, हैवी लुक इहदी हैगी आ ना। ये 45,000 रुपए का इहदा रेट हैगा, जदों असीं 30% लैस करदे आ 45,000 वाला ये सोफा विद टेबल सिर्फ 31,000 ते 500 दे विच दे दांगे। आ राउंड टेबल की बड़ी डिमांड अजकल, असीं तां तुहानूं दिखा रहे हैं। आह भी देखो बहुत सोहना, एक येलो टच टोन हैगा, काफ़ी टैक्चर जिहा पेंट आ, क्योंकि चॉइस बहुत सारे लोगों की वक्ो वक्री होंगी आ। यदि भी आप जो गल कर लिए तुहानूं वड्डा डिस्काउंट लैके देवे भाई जी, की प्राइज़ इहदा? ये भी जी अपना 55,000 का सैट आ, पर आफ्टर थोनों डिस्काउंट ये थोनों 40,500 रुपए का पै रहा। 40,500 है ना। एक आह भी देखो तुम, ये देखो कंट्रास्ट सैट बने हुए आ, साइडा करीम कपड़ा, उपर ग्रीन टच हैगी, काफ़ी ये आह वुडन टच दिता हैगा आ, ग्रीन दे विच टेबल हैगा आ। यह हैगा जी 7-seater रॉयल क्लास चीज़ा, ये तुसीं ना जदों महंगे घर जाने उदों ही थानू मिलदी, असीं बार बार दस रहे हैं। पैसे असीं बहुत थोड़े लैने, बहुत घट प्राइज लवेंगे, पर क्वालिटी वरायटी की ठोक के गरंटी लैंदे आ। भाई जी दसो की प्राइज़ आ? भी जी ये टोटल सैट टेबल के नाल 33,000 का पै रहा, पर सानू आफ्टर डिस्काउंट ये 25,000 का देवे विद टेबल। तो कोई बंदा कहिंदा सानू ग्रे चाहिए, ग्रे दे नाल देखो गद्दी की किन्ना सोहना कॉम्बीनेशन हैगा ना, फिर देखो मार्बल टेबल हैगा। सो इहदी क्वालिटी दे विच भी बहुत सोहना तुहानू कॉम्बीनेशन बना के असीं दे दिता हैगा आ। भाई जी की रेट है? ये भी जी अपना टोटल 45,000 का सैट आ, पर सानू आफ्टर डिस्काउंट ये भी आपां 35,000 दे विच देवांगे। आपां इधर भी आ जाने ना, आ देखो चेक दे विच गद्दियां दे डिजाइन बने हुए आ, ये भी 7-seater आ। भाई जी रेट दस्सो इहदा की हैगा? भी जी ये भी टोटल अपना 45,000 का सैट दे रहे हैं आपां टोटल, पर लेकिन कि आफ्टर डिस्काउंट सानू ये भी 35,000 का देवे विद टेबल। देखो 35,000 मतलब 7-7,000 8-8,000 रुपया 10,000 रुपया भी जी पिछे साडा असी फायदा करा रहे हैं 10-10,000 भी। आ देखो है ना, हुण मैं कहना भी आ गया चीज जरूर नोट करो, आ हैगा जी बैड, ये उत्ते तुसीं रिलैक्स कर सकते हैं। एक तो थोड़े लिए दीवान बैड बन गया, एक सोफा बन गया ना, तुहाडे गैसट आ गए, रूम घट हैगा, तुसीं एक बंदे च रात नूं सौ सकदा। आ बन गया जी सोफा, इहदे नाल देखो किन्ना सोहना लग्जरी स्टाइल तैयार किया होया। इहदे कुशन भी देख लो, ये आ देखो ना कुशना इहदे नाल पूरियां मैचिंग हैगियां। इहदे आपां जे करिए है ना क्वालिटी की जिम्मेवारी लै लईए, जे वरायटी की गल करिए तां बहुत सोहना हैगा इहदे विच भी ना। सो काफ़ी सीटां इहदियां बन जांदियां। भाई जी किन्ने सीटर सोफा है दसो, तो की इहदा रेट आ? ये भी जी आप 9-seater के यू काउंट करते हैं सिर्फ जी, आ लॉन्चर भी 3-seater के तकरीबन हरेक बंदा कस्टमर इनू 3 seater डिवाइड करता, पर असं लॉन्चर 1.5-seater के दूजे 2 seater करते हैं। 60,000 का सोफा वा, ये भी 20% डिस्काउंट 48,000 का पै रहा जी। मैं तुम्हें चैलेंज करके कहना भाई 48,000 का सोफा लिया के दिखा दो। आ देखो ना यदा देखो डिजाइन, बैठन लैके जो आप बह के देखिए तो काफ़ी ईजी आ, रिलैक्स वाला हैगा ना, बिकॉज जीडिया ये गद्दियाँ यूज़ की काफ़ी कंफर्टेबल है, इतने इदा नहीं हार्ड भी है नहीं, ये पोले भी है नहीं है ना। आप डिज़ाइन की गल करिए कुछ ना होर तरीके दी भी रखी जा सकदियां सी, इहदा कलर करैक्शन होर भी किया जा सकता सी, पर इन्हां दे अपने डायरेक्शन हैगी आ, इन्हां दे अपने डिजाइनर हैगे, जिस करके बहुत सोहना सोहना। एक गल होर, इन्हां दी अपनी फैक्टरी आ, फैक्टरी आउटलैट आ, फैक्टरी दे विचों ही सारा समान बनता, इसलिए सस्ता दे रहे हैं। 80% तक इहदे सेल लगी आ। भाई जी कर दिओ फायदा इहदा भी? इहदा भी जी फायदा करता जी, आप देखो 57,000 का सैट आ, पर लेकिन कि असू 57,000 के नहीं दे रहे, आपू 40,000 दे रहे हैं सारा सैट। देखो दूरबीना ला ला के सारा पंजाब बाजार दुकाना शोरूम घुल घूम लो, इस भाव से नहीं मिलना जो रेट असं तुम दे रहे हैं। आ देखो कलर कॉम्बीनेशन, तुहाडे घर के पर्दे इदा के है, तुहाडा पेंट इदा का होया, कंधा नूं तुहाडी मैचिंग, तुसीं मैचिंग कर सकते हैं, क्योंकि ये भी बहुत
सोहने सोहने तुहानू असीं चीज़ां दिखा रहे हैं। रेट इहदा सीगा 57,000 पर इहदे विच वी 35% कहिंदे असीं होर डिस्काउंट कर देना हैगा तुहानू 38,000 57,000 वाला सोफा आह 38,000 च दे देंगे। साढ़े को बहुत सोहने सोहने डिजाइन हैगे आ, इत्थे आके तुसीं अपना फायदा लै जाओ। असीं तुहानू सैंपल ट्रेलर दिखा रहे हैं, वीडियो लंबी हुंदी आ, आ भी करीब करीब 36-37,000 रुपए की कीमत दे विच तुहानू असीं सोफा दे देना है। सो जे आपां सोफे की क्वालिटियां नूं चैक करना होवे, पहला ना तुसीं कपड़ा देखो, इत्थे कपड़े दे विच कहिंदे असीं कपड़ा लावांगे ए क्लास, असीं कोई समझौता नहीं करना, गोल्डन पट्टी असीं लावांगे हाई क्वालिटी की। जेकर असीं आह लाने हैगे लोगो भी लाने आ सोहने लाने आ, जेकर असीं इहदे विच गद्दी पाउणी आ उह भी सोहणी पाउणी आ, जे असीं इहदे विच फॉर्म पाउणी आ उह भी हाई क्वालिटी की पाउणी आ, मतलब सारा ही सानूं फुल एच डी दे विच समान दे रहे हैं। कोई गलत नहीं हैगा इत्थे, किसी दे घर एल बैंड आउंदा, किसी दे यू टाइप आउंदा, किसी दे चौरस आउंदा, है ना। इत्थे साइज़ सानूं हर एक तरह के मिलने, देखो बहुत सोहणे वक्खो वक्खरे कॉम्बीनेशन। आ भी मैं जरूर दिखाउणा चाहुंदा, आ ग्रीन कलर दे विच सोफा आ, है ना। ये तुसीं अजकल काफ़ी लग्जरी रेस्टोरेंट बन रहे, होटल बन रहे, होटलों के रेस्टोरेंटा ब्रेस्टा टाइप आप गल कर लिए, सबे गल कर लिए, उत्थे इदा के कॉम्बीनेशन पे है ना। जेडे मॉडर्न घर बन रहे, भावें किसी का 5 माले का घर आ, 7 माले का घर आ, 10 माले का घर आ, तुसी घर के पैसे ला लें, पर जो तुसी सुरखी बिंदी की गल आ, फर्नीचर की गल आ, उत्थे तुसी कसर खा जन्ने हो, क्योंकि तुहानू महंगा मिलता। वीर जी सारा सैट कंप्लीट, ये 50,000 का आप सिर्फ दे रहे हैं, ਉਹਦੇ ਤੇ ਵੀ ਆਫਟਰ ਸਾਡੀ 20% ਐਕਸਟਰਾ ਲੈਸ ਆ, ਤੁਹਾਨੂੰ ਇਹ 50,000 ਵਾਲਾ ਵੀ ਇਹ 40,000 ਦੇ ਵਿੱਚ ਮਿਲੂਗਾ। ਸੋ ਜੇ ਆਪਾਂ ਕਲਰ ਦੀ ਗੱਲ ਕਰ ਲਈਏ, ਇਹਦੇ ਸਾਈਜ਼ ਦੀ ਗੱਲ ਕਰ ਲਈਏ, ਦੇਖ ਲਓ ਵੀ ਕਿੰਨੇ ਸੋਹਣੇ ਸੋਹਣੇ ਸਾਈਜ਼ ਬਣੇ ਹੋਏ ਆ ਨਾ। ਇਹਦਾ ਰੇਟ 40,000 ਨਹੀਂ ਹੈਗਾ, 42,000 ਵੀ ਹੈ ਨਹੀਂਗਾ, ਇਹਦਾ ਰੇਟ 41,000 ਵੀ ਹੈ ਨਹੀਂ। ਰੇਟ ਕੀ ਸਦਾ ਜੀ? ਇਹਦਾ ਰੇਟ ਸਿਰਫ ਆਪਾਂ ਦੇ ਰਹੇ ਹਾਂ ਜੀ 35,000, ਪਰ ਲੇਕਿਨ ਕੀ ਆਪਾਂ ਵੀਰ ਜੀ ਤੁਹਾਡੀ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਫਿਰ ਵੀ ਇਹਦੇ 'ਤੇ ਆਫਟਰ 30% ਡਿਸਕਾਊਂਟ ਦੇ ਰਹੇ ਹਾਂ ਤੁਹਾਨੂੰ, 35 ਦਾ ਨਹੀਂ ਇਹ 25,000 ਦੇ ਵਿੱਚ ਦੇਵਾਂਗੇ। ਆ ਲਓ 25,000 ਰੁਪਏ ਦਾ ਸੋਫਾ, ਚੈਲੰਜ ਕਰਦੇ ਹਾਂ, ਦੋਨੇ ਬਾਹਾਂ ਖੜੀਆਂ ਕਰਕੇ ਲਿਆ ਕੇ ਦਿਖਾ ਦਿਓ। 25,000 'ਚ ਕਹਿ ਰਹੇ ਹਾਂ ਅਸੀਂ, 25,000 'ਚ, ਬਾਜ਼ਾਰ 'ਚ ਕੋਈ 40,000, ਕੋਈ 38,000, 25,000 ਦਾ ਦੇਵਾਂਗੇ। ਆਹ ਵੀ ਦੇਖ ਲਓ, ਇਹਦੇ ਵਿੱਚ ਵੀ ਬਹੁਤ ਸੋਹਣਾ ਸਾਈਜ਼ ਹੈਗਾ, ਇਹ ਮਤਲਬ ਕੋਈ 25,000, ਕੋਈ 27,000, ਕੋਈ 28,000। ਸਲੋ ਜੀ, ਸੋਫਿਆਂ ਦੇ ਵਿੱਚ ਤੁਹਾਡੇ ਅਸੀਂ ਬਹੁਤ ਸਾਰੇ ਫਾਇਦੇ ਕਰਦੇ। ਹੁਣ ਜੇ ਬੈੱਡਾਂ ਦੀ ਗੱਲ ਕਰ ਲਈਏ ਨਾ, ਬੈੱਡ ਵੀ ਤੁਹਾਨੂੰ ਮੈਂ ਕਿਹਾ ਇਸ਼ਕ ਵਾਲੇ ਲੈ ਕੇ ਦੇਵਾਂਗੇ, ਹਾਈ ਕੁਆਲਿਟੀ ਦਾ ਬੈੱਡ ਹੋਊਗਾ, ਹੰਢਣ ਸਾਰ ਹੋਊਗਾ, ਪੋਲਿਸ਼ ਕੀਤੇ ਬੈੱਡ ਮਿਲਣਗੇ, ਵੱਡੇ ਵੱਡੇ ਹੋਟਲਾਂ ਵਾਲੇ ਬੈੱਡ ਦੇਵਾਂਗੇ। ਗਰੰਟੀ ਇਸ ਚੀਜ਼ ਦੀ ਆ ਵੀ ਬੈੱਡ ਨਹੀਂ ਟੁੱਟੂਗਾ, ਤੁਸੀਂ ਬੁੱਢੇ ਹੋ ਜਾਓਗੇ। ਬਾਈ ਜੀ ਇੱਥੋਂ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ, ਮੈਂ ਇਹ ਦੇਖ ਰਿਹਾ ਡਿਜ਼ਾਇਨ ਬਹੁਤ ਆ। ਹਾਂਜੀ, ਬੈੱਡ ਦੇ ਵਿੱਚ ਕੀ ਸਕੀਮਾਂ ਚੱਲਦੀਆਂ? ਵੈਸੇ ਤਾਂ ਤੁਸੀਂ ਦੱਸਿਆ ਵੀ 80% ਤੱਕ ਦੀ ਔਫਰ ਆ। ਔਫਰ ਆ ਜੀ, ਪਰ ਲੇਕਿਨ ਕੀ ਆ ਵੀਰ ਜੀ, ਦੇਖੋ ਜਿਵੇਂ ਆਪਣਾ 18,000 ਵਾਲੇ ਬੈੱਡ ਦੇ ਨਾਲ 5,000 ਦਾ ਗੱਦਾ ਬਿਲਕੁਲ ਫ੍ਰੀ ਆ ਜੀ। ਲਓ ਇੱਥੇ ਤੁਹਾਨੂੰ ਫਾਇਦੇ ਕੀ ਦੇ ਰਹੇ ਹਾਂ, ਤੁਸੀਂ ਇੱਥੇ ਆ ਕੇ ਬੈੱਡ ਖਰੀਦਣਾ, 18,000 ਦਾ ਬੈੱਡ, 5,000 ਦੇ ਗੱਦੇ ਫ੍ਰੀ, ਇਹਦਾ ਕੋਈ ਪੈਸਾ ਨਹੀਂ ਲੈਣਾ। ਇੱਥੇ ਬਹੁਤ ਸਾਰੇ ਆ ਦੇਖੋ ਡਿਜ਼ਾਇਨ ਹੈਗੇ, ਵੱਖੋ ਵੱਖਰੇ ਡਿਜ਼ਾਇਨ ਹੈਗੇ ਇਹਦੇ ਵਿੱਚ, ਅਤੇ ਤੁਸੀਂ ਨਾ ਜਿਹੜਾ ਤੁਹਾਨੂੰ ਪਸੰਦ ਆ ਜਾਵੇ ਤੁਸੀਂ ਲੈ ਸਕਦੇ ਹਾਂ। ਆਹ ਦੇਖੋ ਇਹਦੇ ਵਿੱਚ ਲਾਈਟਾਂ ਲੂਟਾਂ ਲੱਗੀਆਂ ਆ, ਇਹ ਵੀ ਕਾਫੀ ਸੋਹਣਾ ਹੈਗਾ, ਇਹ 20,000 ਦੀ ਕੀਮਤ ਵਾਲਾ ਬੈੱਡ, ਨਾਲ ਇਹਦੇ ਵੀ ਗੱਦੇ ਫ੍ਰੀ ਆ ਨਾ, ਗਰੰਟੀ ਵਾਲੇ ਗੱਦੇ ਦੇ ਰਹੇ ਹਾਂ, ਇਹਦੇ ਵਿੱਚ ਵੀ ਆ ਕੇ ਦੇਖ ਲਓ। ਸੋ ਡਿਜ਼ਾਇਨਾਂ ਦੀ ਗੱਲ ਕਰ ਲਈਏ ਤਾਂ ਬੈੱਡ ਏ ਕਲਾਸ ਹੈਗੇ ਆ, ਤੁਸੀਂ ਡਰਾਅ ਚਾਹੁੰਦੇ ਹੋ ਨਾ, ਆਹ ਦੇਖੋ ਦਰਾਜ ਹੈਗੇ ਆ, ਤੁਸੀਂ ਇਹਦੇ ਵਿੱਚ ਆਹ ਦੇਖੋ ਨਾ, ਆਹ ਪਿੱਛੇ ਗੱਦੀ ਲੱਗੀ ਹੈਗੀ ਆ ਬੈੱਡ ਦੇ ਵਿੱਚ, ਆਹ ਚੈੱਕ ਕਰ ਲਓ ਤੁਸੀਂ, ਇਹਦੇ ਉੱਤੇ ਪਾਲਿਸ਼ ਦੇਖੋ ਕਿੰਨੀ ਸੋਹਣੀ ਹੋਈ ਆ। ਸੋ ਚਮਕ ਦਮਕ ਪੂਰੀ ਆ, ਇੱਥੇ ਇੱਦਾਂ ਨਹੀਂ ਹੈਗਾ ਵੀ ਤੁਸੀਂ ਬੈੱਡ ਲਓਗੇ ਤਾਂ ਮਹੀਨੇ 2 ਮਹੀਨੇ ਬਾਅਦ ਬੈੱਡ ਹਿੱਲਿਆ ਹੋਊਗਾ। ਆਹ ਦੇਖੋ ਮਹਾਰਾਜਾ ਸਟਾਈਲ ਹੈ ਨਾ, ਬਹੁਤ ਸੋਹਣਾ ਖੁੱਲ੍ਹਾ ਡੁੱਲਾ ਬੈੱਡ ਹੈਗਾ, ਕਾਫੀ ਦੇਖੋ ਸੁਣਾ ਗਿਆ, ਤੁਸੀਂ ਹੱਥ ਲਾਉਂਦੇ ਹੋ ਤਾਂ ਬੈੱਡ ਹਿੱਲਦਾ ਕਿਉਂਕਿ ਪਿੱਛੇ ਮਜ਼ਬੂਤੀ ਨਹੀਂ ਹੁੰਦੀ। ਇਹਦੇ ਵਿੱਚ ਸੈਟੀਆਂ ਦੇਖ ਲਓ ਤੁਸੀਂ, ਇਹਦੇ ਵਿੱਚ ਕਲਰ ਤੁਸੀਂ ਦੇਖ ਲਓ, ਅਤੇ ਕਾਫੀ ਤੁਹਾਡੇ ਫਾਇਦੇ ਹੈਗੇ ਆ। ਇਹ ਬੈੱਡਾਂ ਦੇ ਨਾਲ ਗੱਦੇ ਫ੍ਰੀ ਇੱਥੇ ਤੁਹਾਨੂੰ ਦਿੱਤੇ ਜਾਂਦੇ ਆ। ਸੋ ਚੱਡਾ ਸਾਹਿਬ, ਆਹ ਵੀ ਇੱਕ ਬਹੁਤ ਸੋਹਣੀ ਸਕੀਮ ਦੇ ਦਿੱਤੀ ਆ, ਕਹਿੰਦੇ ਵੀ ਬੈੱਡ ਲੈ ਜਾਓ ਗੱਦਾ ਫ੍ਰੀ। ਮਹਾਰਾਜ ਗੱਲ ਇਹ ਆ ਵੀ ਪਹਿਲੀ ਗੱਲ ਤਾਂ ਸਾਰਿਆਂ ਨਾਲੋਂ ਪਹਿਲਾ ਕੰਮ ਹੁੰਦਾ ਵੀ ਰੇਟ ਫਿਕਸ, ਆਪਣੀ ਦੁਕਾਨ 'ਤੇ ਰੇਟ ਫਿਕਸ ਆ ਵੀਰੇ, ਕੋਈ ਠੱਗੀ ਨਹੀਂ, ਕੋਈ ਧੋਖਾ ਨਹੀਂ। ਦੇਖੋ ਆਪਾਂ ਇੱਕ ਸ਼ੋਰੂਮ ਕੀਤਾ, ਦੂਜਾ ਕੀਤਾ, ਤੀਜਾ ਕੀਤਾ, ਉਹ ਕੀ ਸਾਡੇ ਕੋਲ ਯਾਰ ਕਸਟਮਰ ਵੀ ਨਾ ਸਾਫ਼ ਸੁਥਰਾ, ਹਾਂਜੀ ਉਹ ਵੀ ਲਾਈ ਕਰਦਾ, ਉਹ ਵੀ ਮੈਂ ਇਸ ਗੱਲ ਨੂੰ ਸਮਝਦਾ ਯਾਰ ਇਹਨਾਂ ਨੇ ਘੱਟ ਵੱਧ ਨਹੀਂ ਕੀਤਾ, ਮੈਂ ਤੋਂ ਮੰਗੇ ਤਾਂ ਆਉਂਦੇ ਆ, ਬਗਲਾ ਮਾਣ ਆ ਵੀ ਮੈਂ ਸਹੀ ਦੁਕਾਨ 'ਤੇ ਗਿਆ, ਸਹੀ ਦੁਕਾਨ ਤੋਂ ਮੈਨੂੰ ਸਹੀ ਸਮਾਨ ਮਿਲਿਆ ਜੀ ਜੀ। ਫਿਰ ਗਰੰਟੀ ਵਰੰਟੀ ਆ ਵੀਰ ਜੀ, ਤੱਕੜ ਸਾਹਿਬ ਕਿਸੇ ਦਾ ਵੀ ਫੋਨ ਆ ਜੇ, ਕਦੀ ਗਾਹਕ ਨੂੰ ਕਹੀਦਾ ਬਿੱਲ ਆ ਕਰਾਉਣ, ਕਹਾ ਵੀਰ ਇੱਥੇ ਸਾਡੇ ਕੋਲ ਭੇਜ ਦੇ, ਤੇਰਾ ਜਾਂ ਠੀਕ ਕਰਾ ਦਿੰਦੇ ਹਾਂ ਜਾਂ ਨਵਾਂ ਦੇ ਦਿੰਦੇ। ਹਾਂ,
ठीक है ना, ए नहीं गल है गाहक तो पैसे फड़ ले वीरे, ये जाडा जुड़िया फर्नीचर नाल। सो इत्थे ना एक होर मैं गरंटी दिना आ चड्डा साहब दी, सरदार जी हुणी इत्थे इदां नहीं भी सिर्फ अपना व्यापार करन आउंदे आ, समान बेचिया पैसे पाए जेब दे शुमंत, ना 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 ना, 50-50 साल दा रिश्ता इन्हां दे, इन्हां दे कस्टमर नाल आ, जे कोई प्रॉब्लम आउंदी ते आप सॉल्व करदे, बाकी दुकानदारां को इदां लिख के ना वी बिकिया होया समान वापस नहीं, समान दी गरंटी कोई नहीं, ये गरंटी दिंदे भी आ, गरंटी लेंदे भी आ, समान वधिया। आ भी बैड देखो, ये हुण पालिश वाला बैड है, सारा नैचुरल वीनियर लगे 28,000 का, ये 28,000 रुपया लेबर लाऊ घरे मिस्त्री ने बैड बनाउणा। हाँ जी, नाले इदां नहीं बनना, नाले गद्दियां नहीं घसियां जाणियां गियां, काम करीदा वधिया, महाराज रेट उत्ते लिख के लाया, इहदे नाल 15,000 का गद्दा फ्री, वह भी 7 साल की गरंटी वाला, नेट लोन नहीं होगी गद्दे विच, इत्थे बहुत वड्डियां गरंटियां लईयां जा रहियां, 28 फरवरी तक आ जाओ, 15,000 दे गद्दे फ्री दे रहे हैं, 500 दी चीज नहीं 15,000 दे, ओए होए होए, ये 16 फुट का बैड है, सारा पित्तल की कारागरी, 60,000 का बैड विद साइड टेबलां, महाराज जी 15,000 वाला गद्दा इहदे नाल भी फ्री है। देखो जी, जिन्ने साडे बजुर्ग देखते हैं खुश हो गए होने, पुराने जमानियां दे विच इदां दे हुंदे सी, अज लोग तरसदे आ, पर तुहानू असीं लग्जरी चीजां साडे 6 फुटा बैड 70 डिजाइन होर दे देंगे, जगराओं आओ, मुल्लापुर आओ, जिथे मर्जी रेट इको ही है, बैड जिहड़ा मर्जी लै लो, गद्दे तुहानू फ्री है। आ देखो फिल्मां दे विच वड्डियां वड्डियां फिल्मां जिहड़े करोड़ करोड़ रुपये 500-500 2-2 करोड़ दियां बनदियां, हॉलीवुड बॉलीवुड एक्टरां दे कमरियां दे विच इदां दे बैड पए हुंदे आ, इत्थे तुहानू इह लगदा होणा वी पिंडां च आ जाऊ, इह तुहाडे पिंडां च वी आऊगे, तुहाडे घरां च वी जाऊगे, साजन किचन फर्नीचर दी इह तीसरी 25,000 दा बैड रह गया, 40,000 ना 15,000 वाला गद्दा फ्री महाराज, 40,000 दा बैड नाल तुहानू 15,000 रुपए दा गद्दा फ्री, तगड़ साहब 60-60,000 रुपया मिस्त्री लेबर लै जांदा जी, ठीक है, फिर गरंटी ले खड़े हैं, 7 साल च घुण लग जे कुछ उहदे लियाओ नवां लै जाओ। सो साडे जिन्ने दर्शक देखदे आ तुसीं सियाणे आ, कॉम्पीटिशन दा जमाना आ, इत्थे बहुत भेड़ चाल चलदी आ, 100-200-500 नहीं 10-10,000 15-15,000 रुपए दे फायदे दे रहे हैं, आ जेडे कनेडा भी गए होगा इधर, शौकर वाला बैड 30,000 रुपए च बैड जी, 15,000 वाला गद्दा फ्री, 30,000 ਦਾ ਬੈੱਡ 15,000 ਦਾ ਗੱਦਾ ਫ੍ਰੀ, ਸ਼ੌਕਰ ਵਾਲਾ ਬੈੱਡ ਆ, ਜਿਹੜੇ ਬਾਹਰਲੇ ਮੁਲਕਾਂ 'ਚ ਗਏ ਆ, ਕੈਨੇਡਾ ਅਮਰੀਕਾ ਇੰਗਲੈਂਡ ਵੀ ਗਏ ਆ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਸਾਰੇ ਬਾਹਰਲੇ ਘਰਾਂ ਦੇ ਵਿੱਚ NRI ਘਰਾਂ ਦੇ ਵਿੱਚ ਆਹਾ ਹੀ ਪਏ ਹੁੰਦੇ ਆ ਬੈੱਡ, ਤੁਸੀਂ ਬੈੱਡ ਲੈਂਦੇ ਹੋ ਪਹਿਲਾਂ 30-30,000 ਰੁਪਇਆ ਬੈੱਡਾਂ 'ਤੇ ਲਾਉਂਦੇ ਹੋ, 15-15,000 ਗੱਦਿਆਂ 'ਤੇ ਲਾਉਂਦੇ ਹੋ, 45,000 'ਚ ਪੈਂਦਾ ਸਾਰੀ ਪੀਜੂ ਪਾਲਿਸ਼ ਹੋਈ ਆ, ਆਹ ਵੀ ਦੇਖੋ ਚਮਕ ਦਮਕ ਵਾਲਾ ਬੈੱਡ, 22,000 ਦਾ ਬੈੱਡ, 10,000 ਦਾ ਗੱਦਾ ਫ੍ਰੀ, ਇਹਦੇ ਨਾਲ ਵੀ ਗੱਦਾ ਫ੍ਰੀ, ਹਾਂ 10,000 ਦਾ ਗੱਦਾ ਫ੍ਰੀ ਮਹਾਰਾਜ, 22,000 ਦਾ। ਇੱਕ ਗੱਲ ਹੋਰ ਸੁਣ ਲਓ ਵੀਰੋ, ਆਹ ਜਿਹੜਾ ਸਟਾਕ ਪਿਆ ਇਹ ਲੈਸ ਗੱਦੇ ਫ੍ਰੀ ਇਹਦੇ ਮਾਲ ਤੇ ਮਿਲਣੀ ਹੈ, ਇਹ ਗੱਲ ਕਵੇ ਅਗਲਾ ਜੀ ਫੋਟੋ ਦਿਖਾ ਕੇ ਆ ਕੇ ਕਵੇ ਜੀ ਉਹਦੇ ਨਾਲ ਦਾ ਬਣਾ ਲਓ, ਤੁਸੀਂ ਲੁੱਟੀ ਜਾਂਦੇ ਹੋ, ਹੁਣ ਤੁਸੀਂ ਗੱਲ ਹੋਰ ਕਰ ਦਿਓ, ਇਹ ਕੁਛ ਨਹੀਂ, ਬਾਰ ਬਾਰ ਨਿਮਰਤਾ ਸਿੱਧ ਬੇਨਤੀ ਆ, ਇਹ ਮਾਲ ਅਸੀਂ ਮੱਲਣ ਵਿੱਚ ਸ਼ੁਰੂ ਕੀਤਾ, ਆ ਵੱਡੇ ਛੋਟੇ ਵੀਰ ਨੂੰ ਆਪਾਂ ਕਾਮਯਾਬ ਕਰਨਾ, ਇਹ ਐਟ ਪਾਰ ਮਾਲ ਦੇ ਰਹੇ ਹਾਂ ਇਹਨੂੰ, ਠੀਕ ਹੈ ਨਾ, ਹੁਣ ਇਹਦੀ ਬਾਂਹ ਫੜੀ ਹੈ, ਐਂ ਨਹੀਂ ਬਾਕੀ ਕਰਨ ਵਾਲਾ ਤਾਂ ਦਾਤਾ ਹੁੰਦਾ ਵੀ ਇਹਨੂੰ ਵੱਧ ਤੋਂ ਵੱਧ ਕਾਮਯਾਬੀ ਮਿਲੇ, ਅਸੀਂ ਕਮਾ ਨਹੀਂ ਰਹੇ ਗੇ ਇਹਦੇ ਚੋਂ, ਤੁਹਾਡਾ ਰੇਟ ਸਾਡੇ ਪੱਕੇ ਨਹੀਂ ਹੈ, ਤੁਹਾਡਾ ਇਹ ਤਾਂ ਇੰਨਾ ਜਿਹੜਾ ਮਾਲ ਪਿਆ ਉਹੀ ਦੇ ਸਕਦੇ ਹਾਂ ਅਸੀਂ, ਤੁਹਾਡਾ ਫਾਇਦਾ ਕੀ ਹੈਗਾ ਵੀ ਇੱਥੇ 1 ਰੁਪਈਆ ਨਹੀਂ ਐਟ ਪਾਰ ਚੀਜ਼ਾਂ ਤੁਹਾਨੂੰ ਖੁਸ਼ ਕਰਨ ਦੇ ਲਈ, ਕਸਟਮਰ ਬਣਾਉਣ ਦੇ ਲਈ ਇਹ ਦੇ ਰਹੇ ਹਾਂ, ਵੱਡੇ ਫਾਇਦੇ ਹੋ ਰਹੇ ਆ, ਅਸੀਂ ਰਿਕੁਐਸਟ ਤੁਹਾਨੂੰ ਇਹ ਕਰਾਂਗੇ ਜਿੱਦਾਂ ਜਿੱਦਾਂ ਵੀਡੀਓ ਚੱਲਦੀ ਦੇਖੀ ਜਾਂਦੇ ਹੋ ਇੱਥੇ ਆ ਜਾਓ, ਜੇ ਤੁਸੀਂ 10 ਦਿਨਾਂ ਬਾਅਦ ਆਏ ਇਹ ਸਮਾਨ ਵਿਕ ਗਿਆ ਅਸੀਂ ਤੁਹਾਨੂੰ ਨਹੀਂ ਦੇ ਸਕਣਾ, ਫਿਰ ਸਾਨੂੰ ਕਿਹੋ ਨਾ ਵੀ ਵੀਡੀਓ ਬਣਾਈ ਸੀ ਕਿੱਥੇ, ਵੀਡੀਓ ਬਣ ਗਈ ਆ, ਦੂਜੇ ਦਿਨ ਇੱਥੇ ਆ ਜਾਓ, ਇਹ ਸਟਾਕ ਹੈਗਾ ਇਹ ਇਹਦੇ ਤੇ ਲੱਗ ਗਈ ਆ ਹੱਲਾ ਹੋਲਸੇਲ, ਜੇ ਤੁਸੀਂ ਕਹੋਗੇ 10 ਦਿਨਾਂ ਬਾਅਦ ਆ ਕੇ ਵੀ ਆਹ ਬੈੱਡ ਦਿਓ, ਆਹ ਫੋਟੋ ਦਿਖਾ ਕੇ ਵੀ ਆਹ ਬੈੱਡ ਦੁਬਾਰਾ ਬਣਾ ਦਿਓ ਇਸ ਰੇਟ 'ਚ ਵੀ ਨਹੀਂ ਮਿਲਣਾ, ਨਹੀਂ ਮਿਲਣਾ, ਆਹ ਦੇਖੋ ਬੈੱਡ, ਮੈਂ ਚੈਲੰਜ ਕਰਦਾ, ਬਹੁਤ ਟਾਵੇਂ ਟਾਵੇਂ ਘਰਾਂ ਦੇ ਵਿੱਚ ਹੋਣੇ ਆ, ਪਰ ਅਸੀਂ ਤੁਹਾਨੂੰ ਲਗਜ਼ਰੀ ਚੀਜ਼ਾਂ ਦੇ ਰਹੇ ਹਾਂ, ਟੌਪ ਦੀਆਂ ਚੀਜ਼ਾਂ ਦੇ ਰਹੇ ਹਾਂ, ਫਾਇਦੇ ਤੁਹਾਡੇ ਕਰ ਰਹੇ ਹਾਂ ਵੱਡੇ, ਆਹ ਵੀ ਬੈੱਡ ਦੇਖੋ ਲਗਜ਼ਰੀ ਬੈੱਡ ਆ, ਇਸ ਬੈੱਡ ਦੇ ਨਾਲ ਵੀ ਸੈਟੀ ਲੱਗੀ ਹੋਈ ਆ, ਇਹਦੇ ਨਾਲ ਵੀ ਗੱਦੇ ਅਸੀਂ ਤੁਹਾਨੂੰ ਫ੍ਰੀ ਦੇਣੇ ਆ ਤੁਹਾਡੇ ਵਾਸਤੇ, ਇਹ ਬੈੱਡ ਸਿਰਫ ਤੇ ਸਿਰਫ 30,000 ਦੇ ਵਿੱਚ, ਇਹਦੇ ਵਿੱਚ ਵੀ 15,000 ਦਾ ਗੱਦਾ ਬਿਲਕੁਲ ਫ੍ਰੀ। ਆਹ ਦੇਖੋ ਜੀ, ਜੇ ਆਪਾਂ ਗੱਦਿਆਂ ਦੀ ਗੱਲ ਕਰ ਲਈਏ, ਇਹ ਗੱਦੇ ਦਿੰਦੇ ਆ, ਗੱਦੇ ਗੱਦੀਆਂ ਨਹੀਂ ਦਿੰਦੇ ਆ, ਦੇਖੋ ਚੜਾਈ ਕਿੰਨੀ ਆ,
आई लैंड चल जाओ देखो पता लगता ना भी गद्दे दे विच जान हैगी आ गद्दे दे उत्ते मारिया पै के देखो कितना यह बड़ा रिलैक्स वाला गद्दा हैगा ए बैड की कीमत हैगी सिर्फ 30-35 हज़ार रुपया एदे नाल भी गद्दा फ्री आ गद्दियां दे विच बहुत सोहने सोहने डिजाइन आ भी देख लो ना एदे विच ही बहुत सोहना आ वुडन वाला बैड बहुत डिमांड हुंदी आ जदों वुडन वाला बैड लैंदे हो ऑनलाइन चैक करो हुणे ही कोई कहूगा 62 हज़ार कोई कहूगा 60 हज़ार असी थानू देना सिर्फ 40 हज़ार का 40 हज़ार बैड दे नाल 15 हज़ार का गद्दा फ्री तुसी लैंदे हो चैक दे विच ए जिहड़ा मर्जी डिजाइन लै जाओ हर एक दे नाल गद्दे फ्री आ जिहड़ा मर्जी भी जी बैड देखो आ के सारिया की कीमत उन्होंने उपर लगे आ फिक्स प्राइज ने अपने पर 25 हज़ार वाले बैड के नाल 10 हज़ार का मैट्रस 30 हज़ार वाले 15 हज़ार का जी 50 हज़ार वाले उपर 20 हज़ार का मैट्रस फ्री जिदा जिदा वीडियो चलती देखी जाने जल्दी जल्दी तुम आ जाओ इतने फायदे पता की है जे घर कल्ली लेडी भी हैगी सू इधर भी दो जने पहले चक्कर नहीं फड़ो इन पोला जहाँ फड़ो आ चक्को कन्नों फड़ के खड़ा कर दो ये शौकर लगा समान कड्ढो रखो एक होर चीज़ दिखाओ अंदर भी है ना थोड़ा जहा नेरा उदा आ देखो अंदर सफाई देख लो जे एक चमचा जी बूरे का लभ रहा जिम्मेवार हैं आ देखो अंदर रंग भी किया पेंट किया नहीं तो जोड़े दुकानदार होंगे पेंट नहीं करते उस भी 500-500 रुपया बचाते सो बैड दिखाते बहुत ज़्यादा वरायटी आ कला कला बैड लिशकोरे मारता एक बैड लै लो बैड के नाल गद्दे फ्री आ सो जिमें है ना तुहानू असीं सोफे दिखाते बैड दिखाते वुडन वाले आ देखो जी वुडन दे विच डाइनिंग टेबल डाइनिंग टेबल देख के होने तुसी शीशे वाले तुसी देखो ने आ मार्बल वाले पर देखो महाराज किदा जिदा बेबे सन 1948 दे विच अपने पेकियां तों सहुरे नूं लै के जांदी समान इदां दा हुंदा सी पूरा पालशां पूजा कीतियां संदूकां वर्गा समान इहो जिहा डाइनिंग टेबल नहीं कितें मिलणे जो तुहानू असीं दिखा रहे हां आ डाइनिंग टेबलों के बहुत सारिया वरायटियां है आप भी देखो ना राउंड डाइनिंग टेबल मार्बल उत्ते रखिया महाराज मीनाकारी की है सारा डाइनिंग टेबल ये है 28-58 हज़ार का 30% एक्स्ट्रा लैस दे देनी है जे आप टेबल की गल करते हैं चेयर भी देखो काफ़ी हैवी क्वालिटी के बच्चे कुर्सी आ गद्दी बहुत ज़्यादा सोहनी आ ये भी तुहानू कोटियां दे पा दे देने आ लग्जरी चीज़ां लैनियां ते तुसी मल्लण फर्नीचर स्टोर ते आ जाओ महाराज ये 2.5-2.5 लाख मंगदे आ शोरूम च आपां मंगिया कि 58 हज़ार रुपया सारा फिर लैस देती 30 हज़ार दसो सो इत्थे तुहानू फायदा वड्डा मिलदा आके लै जाओ आ देखो राउंड दे विच टेबल राउंड दे विच आ देखो ग्लास वाला आ देख लो है ना चौरस देख लो आ मार्बल वाला देख लो हर एक चीज़ दे विच तुहाडे वड्डे फायदे हैगे आ तुहानू असीं बार बार कह रहे हां वीडियो देख के दूजे दिन आ जाओ इदां टुट के पै जाओ जिवें बादल सरकार वेले 2 रुपए किलो कणक मिलदी सी तां लोकां नू हुंदा सी वी फायदा लै लईए ये उही काम करता फर्नीचर का वड्डा हल्ला बोल सेला सी आ नहीं दे सकता कोई एडा डिस्काउंट और नहीं कितों मिलनी इदां दी ऑफर सिर्फ मल्लण फर्नीचर हाउस मल्लण पिंड आ जाओ फायदा लै लो सवा देखो ना इतने ड्रैसिंग टेबलों के बिच भी बहुत अलग अलग वीडियो आ देखो आ जिहड़ी अलग अलग इत्थे सामने ड्रैसिंग ते ग्लास लगा होया भी जी समान रखना वा आ देखो जिन्ना मर्जी समान रखो आ देखो ना मॉडर्न जमाना मॉडर्न चीज़ा नाल इहदे मेकअप नो पॉलिशां लिपस्टिकां लब बा कंघियां कुंघियां रख लो इहनू घुमा दिओ इत्थे लग गया शीशा इह च अपनी देखो शकल इहदे विच भी देखो इतों बाद तुसीं अलमारियां लैणियां लोहे दियां आ देखो लोहे दियां अलमारियां तुसीं लै जाओ तुसीं लोहे दियां अलमारियां जो डिजाइन लैणियां डिजाइन लैणियां लै जाओ ओ तुसीं लक्कड़ दियां लै जाओ भी जी वार वार यही बेनती है भी जिहड़ा समान साडे कोल स्टॉक इत्थे हाजर आ हुण सिर्फ उही समान उस रेटा के उपर दे सकते हैं दोबारा किसी का कोई ऑर्डर दोबारा नहीं बनेगा जिहड़ा ऑर्डर बनेगा नवा स्टॉक बनेगा नवे रेट होणगे तां वीडियो नू 28 फरवरी तक जिहड़ा आ गया सो लै गया ये स्टॉक क्लीयरेंस सेल आ स्टॉक क्लीयरेंस सेल आ मारो कैमरा उधर आ स्टॉक इत्थे इधर भी 2-2, 4-4 बैड रखिया बैड सोफे अलमारियां बथेरा कुछ पिया आ पर हुण फायदा तुसी लैणा आ जल्दी जल्दी आ जाओ इधर भी माड़िया घुमा दो आ देखो भी अलमारियां दे विच किन्नी वरायटी हैगी आ 80% तक की फर्नीचर दे सेल लग गई आ 50 हज़ार की शॉपिंग कर लो होम डिलीवरी फ्री मतलब इस गल की गरंटी आ तुसी जेडे मर्जी शोरूम से चल जाओ दुकान से चल जाओ अपने घर सद रोज भावें मिस्त्री एडू सस्ता नहीं मिलना साडा काम सी तुहाडा फायदा कराउणा साडा काम सी तुहानू सही राहे पाउणा हुण इह देखणा तुहाडा भी तुसी की करदे हो की नहीं करदे क्योंकि टाइम बहुत थोड़ा हैगा
ਚੱਡਾ ਸਾਹਿਬ ਨੇ ਇਹ ਗੱਲ ਕਹਿ ਦਿੱਤੀ। ਸਾਹਿਬ ਇੱਕ ਗੱਲ ਮੈਂ ਤੈਨੂੰ ਹੋਰ ਦੱਸਦਾ, ਕਿਸੇ ਟਾਈਮ ਨਾ ਬੰਦੇ ਦੇ ਮਾਨ ਚ ਆਂਦਾ ਜਾਂ ਖਵਨੀ ਸਮਾਨ ਮਾੜਾ ਯਾਰ ਮੈਂ ਠੱਗਿਆ ਨਾ ਜਾਵਾਂ, ਕੱਲ ਨੂੰ ਬਾਲੀ ਵਾਰਸ ਕੌਣ ਆ, ਅਸੀਂ ਇੱਥੇ ਵੀ ਬੈਠੇ ਆ ਵੀਰੇ, ਮੁੱਲਾਪੁਰ ਵੀ ਬੈਠੇ ਆ, ਜਗਰਾਉਂ ਵੀ ਬੈਠੇ ਆ, ਜਦੋਂ ਮਰਜ਼ੀ ਕੋਈ ਚੀਜ਼ ਆ ਕੰਪਲੇਂਟ ਆਉਂਦੀ ਆ ਵੀਰੇ, ਇਹ ਮੇਲੇ ਵਾਲਾ ਕੰਮ ਨਹੀਂ ਵੀ ਮੇਲੇ ਵਾਲਾ ਭਾਈ ਉੱਠ ਗਿਆ, ਇੱਥੇ ਹੀ ਰਹਿਣਾ, ਇੱਥੇ ਹੀ ਤੁਹਾਡੇ ਚ ਵਿਚਰਨਾ, ਤੁਹਾਡੇ ਚ ਕੰਮ ਕਰਨਾ। ਸਿੱਧੀ ਜੀ ਗੱਲ ਆ, ਚੱਡਾ ਸਾਹਿਬ ਨੇ ਬਾਹ ਖੜੀ ਕਰਕੇ ਗਰੰਟੀ ਚੱਕ ਲਈ ਆ, ਜੋ ਸਮਾਨ ਦੇਵਾਂਗੇ ਟੌਪ ਦਾ ਦੇਵਾਂਗੇ, ਜੋ ਰੇਟ ਦੇਵਾਂਗੇ ਮਾਰਕੀਟ ਨਾਲੋਂ ਘੱਟ ਦੇਵਾਂਗੇ, 50,000 ਦੀ ਸ਼ਾਪਿੰਗ ਦੇ ਜੇ ਹੋਮ ਡਿਲੀਵਰੀ ਫ੍ਰੀ ਕਰ ਤਾਂ ਫ੍ਰੀ ਦੇਵਾਂਗੇ, ਚੈਲੰਜ ਕਰਦੇ ਹਾਂ, ਕਿਸੇ ਨੇ ਨਹੀਂ ਦੇਣਾ। ਕੋਈ ਹੋਰ ਜਾਣ ਕੇ ਲੈਣੀ ਆ, ਆਹ ਨੰਬਰ ਸਕਰੀਨ 'ਤੇ ਆ ਰਿਹਾ, ਕਰ ਲਿਓ ਫੋਨ ਜਦੋਂ ਮਰਜ਼ੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ, ਦੱਗੜ ਸਾਹ ਟੀ ਵੀ ਮੱਲਣ।